ਅੱਜ ਮੈਂ ਤੁਹਾਡੇ ਨਾਲ ਮਸਲ ਮਾਸ ਗੇਨ ਕਰਨ ਵਾਲਾ ਇੱਕ ਸ਼ੇਕ ਦੇ ਵਿੱਚ ਸਾਰੇ ਗੇਮ ਚੇਂਜਰ ਫੂਡ ਸ਼ੇਅਰ ਕਰੂੰਗਾ ਕਿਉਂ ਸ਼ੇਕ ਨਾਲ ਤੁਸੀਂ ਆਪਣੀ ਜਿਹੜੀ ਬੋਡੀ ਆ ਉਹਨਾਂ ਫੈਟ ਮਾਸ ਵੀ ਘਟਾ ਸਕਦੇ ਹੋ ਮਸਲ ਗੇਨ ਵੀ ਕਰ ਸਕਦੇ ਹੋ ਤੇ ਥੋੜੀ ਜਿਹੜੀ ਬੋਡੀ ਦੀ ਓਵਰਲ ਹੈਲਥ ਆ ਉਹ ਬਹੁਤ ਜ਼ਿਆਦਾ ਅਪਰੂਵ ਹੋਊਗੀ ਹੁਣ ਆਪਾਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਸਿੱਧੇ ਸ਼ੁਰੂ ਕਰਦੇ ਆਂ ਕਿਚਨ 'ਚ ਚੱਲਦੇ ਆਂ ਸ਼ੇਕ ਬਣਾਉਨੇ ਆਂ ओके okay, जी ਅੱਜ ਆਪਾਂ ਬਣਾਉਣਾ ਮਾਸ ਗੇਨਰ ਸ਼ੇਕ 101% ਗਾਰੰਟੀ ਆ ਤੁਹਾਡੇ ਲੀਨ ਮਸਲ ਮਾਸ ਇਹਦੇ ਨਾਲ ਪੱਕਾ ਗੇਨ ਹੋਊਗਾ ਕਿਉਂਕਿ ਬਹੁਤ ਬੈਸਟ ਫੂਡ ਤੇ ਸਪਲੀਮੈਂਟ ਮੈਂ ਤੁਹਾਨੂੰ ਦੱਸਣੇ ਨੇ ਜਿਹੜੇ ਮੈਂ ਯੂਜ਼ ਕਰਦਾ ਤੇ ਆਪਣੀ ਹੈਲਥ ਲਈ ਵੀ ਤੇ ਮਸਲ ਗੇਨ ਲਈ ਫੈਟ ਲੌਸ ਲਈ ਵੀ ਹੁਣੇ ਸ਼ੇਕ ਦੇ ਵਿੱਚ ਜੋ ਚੀਜ਼ਾਂ ਪਾਵਾਂਗੇ ਮੈਂ ਤੁਹਾਨੂੰ ਇਹਦੇ ਵਿੱਚ ਦੱਸੂਗਾ ਜੇ ਤੁਸੀਂ ਭਾਰੀ ਹੋ ਤੁਸੀਂ ਤਾਂ ਵੀ ਯੂਜ਼ ਕਰ ਸਕਦੇ ਹੋ ਜੇ ਪਤਲੇ ਹੋ ਤਾਂ ਕਿੰਨੀ ਕੁਆਂਟੀਟੀ ਜੀ ਯੂਜ਼ ਕਰਨਾ ਇਹਨੂੰ ਤੁਸੀਂ ਐਜ਼ ਅ ਲਾਈਟ ਮੀਲ ਫਾਸਟਿੰਗ ਦੇ ਵਿੱਚ ਵੀ ਜਦੋਂ ਫਾਸਟ ਤੋੜਦੇ ਹੋ ਉਦੋਂ ਯੂਜ਼ ਕਰ ਸਕਦੇ ਹੋ ਸੋ ਪਹਿਲੇ ਨੰਬਰ ਤੇ ਆਪਾਂ ਲਵਾਂਗੇ ਓਟ ਓਟਸ ਨੂੰ ਆਪ ਗਲੂਟਨ ਫ੍ਰੀ ਓਟਸ ਵੀ ਲੈ ਸਕਦੇ ਹੋ ਰੋਲਰ ਓਟਸ ਵੀ ਲੈ ਸਕਦੇ ਹੋ ਇਹਨੂੰ ਬਲੈਂਡ ਕਰਕੇ ਇਹਦਾ ਪਾਊਡਰ ਬਣਾਵਾਂਗੇ ਕਿਉਂਕਿ ਆਪਾਂ ਸਮੂਦੀ ਟਾਈਪ ਸ਼ੇਕ ਟਾਈਪ ਚੀਜ਼ ਬਣਾਉਣੀ ਆ ਜੇ ਤਾਂ ਤੁਸੀਂ ਭਾਰੀ ਹੋ ਤੁਸੀਂ 30 ਗ੍ਰਾਮ ਲੈ ਲਓ ਜੇ ਤੁਸੀਂ ਪਤਲੇ ਹੋ ਮਤਲਬ ਹਾਰਡ ਗੇਨਰ ਟਾਈਪ ਆ ਬੋਡੀ ਤਾਂ ਤੁਸੀਂ 60 70 ਗ੍ਰਾਮ ਲੈ ਸਕਦੇ ਹੋ ਓਟਸ ਕਿਉਂਕਿ ਹੁਣ ਮੈਂ ਤੁਹਾਨੂੰ ਬੇਸਿਕ ਇਨਫੋਰਮੇਸ਼ਨ ਦੱਸਣੀ ਆ ਮੈਨੂੰ ਥੋੜੀ ਬੋਡੀ ਦਾ ਨਹੀਂ ਪਤਾ ਕਿੰਨੀ ਐਕਟੀਵਿਟੀ ਆ ਤੁਹਾਡੀ ਉਹਦਾ ਨਹੀਂ ਪਤਾ ਕਿਹੜਾ ਤੁਹਾਡਾ ਮੈਟਾਬੋਲਿਕ ਰੇਟ ਆ ਸੋ ਮੈਂ ਬੇਸਿਕ ਇਨਫੋਰਮੇਸ਼ਨ ਦੱਸੂ ਜਿਹਦੇ ਨਾਲ ਸਾਰੇ ਬੰਦੇ ਨੂੰ ਫਾਇਦੇ ਹੋਣਗੇ ਹੋਣ ਜੇ ਤੁਸੀਂ ਪਤਲੇ ਹੋ ਤੁਸੀਂ 400 500 ਜਾਂ 600 ml ਤੱਕ ਮਿਲਕ ਜੂਸ ਕਰ ਸਕਦੇ ਮੇਕ ਸ਼ੁਰ ਆਰਗੈਨਿਕ ਹੋਵੇ ਕਿਉਂਕਿ ਉਹ ਤੁਹਾਨੂੰ ਫਿਰ ਵਧੀਆ ਫਾਇਦਾ ਆਊਗੀ ਤੇ ਨੈਕਸਟ ਇਨਗਰੀਡੈਂਟ ਆਪਣਾ ਬਦਾਮ ਜੇ ਤਾਂ ਤੁਸੀਂ ਭਾਰੀਓ ਤੁਸੀਂ 10 ਬਦਾਮ ਯੂਜ਼ ਕਰ ਲਓ ਜੇ ਪਤਲੇ ਹੋ 20 30 ਬਦਾਮ ਵੀ ਯੂਜ਼ ਕਰ ਸਕਦੇ ਹੋ ਇਹਨਾਂ ਨੂੰ ਵੀ ਆਪਾਂ ਬਲੈਂਡ ਕਰਕੇ ਇਹਨਾਂ ਦਾ ਪਾਊਡਰ ਬਣਾਵਾਂਗੇ ਪਹਿਲਾਂ ਨੈਕਸਟ ਆਪਾਂ ਚੀਜ਼ ਇਹਦੇ ਚ ਪਾਵਾਂਗੇ ਪਿੰਕ ਸਾਲਟ ਨੈਕਸਟ ਹੈਗਾ ਗਰਾਸ ਫੀਡ ਪ੍ਰੋਟੀਨ ਸਟੀਵਿਆ ਫਲੇਵਰ ਆ ਕਨਸੈਂਟਰੇਟ ਪ੍ਰੋਟੀਨ ਆ ਕਿਉਂਕਿ ਮੈਂ ਆਈਸੋਲੇਟ ਤੇ ਵੀਡੀਓ ਬਣਾਈ ਸੀ ਮੈਂ ਕਨਸੈਂਟਰੇਟ ਯੂਜ਼ ਕਰਦਾ ਕਿਉਂ ਯੂਜ਼ ਕਰਦਾ ਤੁਸੀਂ ਵੀਡੀਓ ਜਾ ਕੇ ਦੇਖ ਸਕਦੇ ਹੋ ਗ੍ਰਾਸ ਫੀਡ ਪ੍ਰੋਟੀਨ ਆ ਇਹਦੇ ਬਾਰੇ ਆਪਾਂ ਡਿਫਰੈਂਟ ਵੀਡੀਓ ਬਣਾਵਾਂਗੇ ਕੀ ਆਈਟਮ ਹੁੰਦੀ ਆ ਇਹ ਸਟੀਵਿਆ ਚ ਪਾਉਂਗਾ ਮੈਂ ਇੱਕ ਪੌਚ ਕਿਉਂਕਿ ਇਹਦਾ ਫਲੇਵਰ ਘੱਟ ਆ ਕਿਉਂਕਿ ਇਹਦੇ ਵਿੱਚ ਆਰਟੀਫੀਸ਼ੀਅਲ ਫਲੇਵਰ ਨਹੀਂ ਸੋ ਇੱਕ ਆਪਾਂ ਐਕਸਟਰਾ ਸਟੀਵਿਆ ਯੂਜ਼ ਕਰਾਂਗੇ ਜੇ ਤਾਂ ਤੁਸੀਂ ਪਤਲੇ ਹੋ ਤੁਸੀਂ ਇੱਕ ਖੰਜੂਰ ਯਾਨੀ ਡੇਟਸ ਯੂਜ਼ ਕਰ ਸਕਦੇ ਹੋ ਦੋ ਵੀ ਕਰ ਸਕਦੇ ਹੋ ਜੇ ਤੁਸੀਂ ਭਾਰੀ ਹੋ ਫਿਰ ਤੁਸੀਂ ਡੇਟਸ ਯੂਜ਼ ਨਹੀਂ ਕਰਨੀ ਬਨਾਣਾ ਸੇਮ ਜੇ ਤੁਸੀਂ ਪਹਾੜੀਓ ਇੱਕ ਬਨਾਣਾ ਯੂਜ਼ ਕਰ ਸਕਦੇ ਹੋ ਜੇ ਬਨਾਣਾ ਨਹੀਂ ਖਾਣਾ ਸਭ ਤੋਂ ਵਧੀਆ ਜੇ ਪਹਾੜੀਓ ਐਪਲ ਇਹਦੇ ਨਾਲ ਅੱਢ ਖਾ ਲਓ ਜੇ ਤੁਸੀਂ ਪਤਲੇ ਤੇ ਤੁਸੀਂ ਦੋ ਬਨਾਣੇ ਤੱਕ ਲੈ ਸਕਦੇ ਹੋ ਕਿਉਂਕਿ ਬਨਾਣੇ ਚ ਹੁੰਦਾ ਪੋਟਾਸ਼ੀਅਮ ਨਾਲ ਹੁੰਦੀ ਆ ਕਾਰਬ ਫਰੂਕਟੋਸ ਐਿੱਧੇ ਪਿੰਕ ਸਾਲਟ ਤੇ ਪੋਟਾਸ਼ੀਅਮ ਹੈਲਪ ਕਰੂਗਾ ਜਿਹੜਾ ਸਾਰਾ ਇਹ ਫੂਡ ਆ ਕਾਰਬਾ ਪ੍ਰੋਟੀਨ ਆ ਉਹਨੂੰ ਤੁਹਾਡੇ ਮਸਲਾ ਚ ਜਾਣ ਦੀ ਕਿਉਂਕਿ ਇਹ ਜਿਹੜਾ ਸੋਡੀਅਮ ਤੇ ਪੋਟਾਸ਼ੀਅਮ ਜਿਹੜੀ ਨਿਊਟ੍ਰੀਐਂਟ ਡਿਲੀਵਰ ਕਰ ਲਈ ਜ਼ਰੂਰੀ ਨੇ ਮਸਲਾ ਦੇ ਵਿੱਚ ਸਿਨਮਨ ਦਾਲਚੀਨੀ ਤਾਂ ਕਿ ਥੋੜਾ ਬਲੱਡ ਸ਼ੂਗਰ ਨਾ ਜ਼ਿਆਦਾ ਸਪਾਈਕ ਆਪ ਜਾਵੇ ਤੇ ਹੁਣ ਆਪਾਂ ਗੱਲ ਕਰਦੇ ਆਂ ਸਪਲੀਮੈਂਟ ਦੀ ਇਹ ਈ ਮੀਲ ਦੇ ਨਾਲ ਜਿਹੜੇ ਮੈਂ ਸਪਲੀਮੈਂਟ ਜ਼ਰੂਰੀ ਲੈਣਾ ਹਨਾ ਸੋ ਪਹਿਲੇ ਨੰਬਰ ਤੇ ਮੈਗਨੀਸ਼ੀਅਮ ਮੈਗਨੀਸ਼ੀਅਮ ਕਾਰਬੋਨ ਤੁਹਾਡੇ ਮਸਲਾਂ ਚਿਲ ਜਾਣ ਚ ਹੈਲਪ ਕਰਦਾ ਥੋੜੀ ਏਟੀਬੀ ਪ੍ਰੋਡਕਸ਼ਨ ਕਰ ਚ ਹੈਲਪ ਕਰਦਾ ਬ੍ਰੇਨ ਨੂੰ ਕੰਮ ਕਰਦਾ 300 ਤੋਂ ਵੱਧ ਐਨਜ਼ਾਈਮ ਐਕਟੀਵਿਟੀ ਚ ਹੈਲਪ ਕਰਦਾ ਥੋੜੀ ਬੋਡੀ ਦੇ ਜਿਹੜੇ એનર્ਜੀ ਬਣਾਉਂਦੇ ਨੇ ਸਲੀਪ ਚ ਸਲੀਪ ਚ ਹੈਲਪ ਕਰਦਾ ਸੌਰੀ ਤੇ ਨੈਕਸਟ ਜਿਹੜਾ ਫੇਵਰਿਟ ਸਪਲੀਮੈਂਟ ਹੈ ਜਿਹੜਾ ਸਾਰਿਆਂ ਨੂੰ ਮੈਂ ਰეკਮੈਂਡ ਕਰੇਦਾ ਨਾ ਉਹ ਨਾ ਵਿਟਾਮਿਨ ਡੀ 3 ਇਹਦੀਆਂ ਦੋ ਤਿੰਨ ਡਰਾਪਾਂ ਲੈ ਲੈ ਸਕਿਨ ਲਈ ਵਧੀਆ ਨੈਕਸਟ ਲੂਸਿਨ ਹੁਣ ਦੇਖੋ ਜਿਹੜਾ ਬੇ ਪ੍ਰੋਟੀਨ ਹੈ ਚ ਵੀ ਮੈਨੂੰ ਲੂਸਿਨ ਆ ਜਣਾ ਪਰ ਲੂਸਿਨ ਮੈਂ ਐਕਸਟਰਾ ਐਡ ਕਰੂੰਗਾ ਤਾਂ ਕਿ ਮਸਲ ਪ੍ਰੋਟੀਨ ਸਿੰਥਸਿਸ ਐਕਟੀਵੇਟ ਹੋਣ ਹੁਣ ਇਹ ਵੀ ਅਨ ਫਲੇਵਰਡ ਆ ਤਾਂ ਹੀ ਮੈਂ ਇੱਕ ਸਟੀਵੀਆ ਐਡ ਕਰਦਾ ਕਿਉਂਕਿ ਇਹ ਥੋੜਾ ਜਿਆ ਫਿਰ ਜਿਆਦਾ ਬੜਾ ਮਿੱਠਾ ਮਿੱਠਾ ਨਹੀਂ ਹੁੰਦਾ ਸੋ ਨੈਕਸਟ ਜਿਹੜਾ ਫੇਵਰਟ ਸਪਲੀਮੈਂਟ ਆ ਸਾਰਿਆਂ ਨੂੰ ਰეკਮੈਂਡ ਕਰਦਾ ਨਾ ਤਾਂ ਹੀ ਮੈਂ ਕਹਿੰਦਾ ਥੋੜਾ ਦਹੀਂ ਵੀ ਖਾਓ ਪ੍ਰੋਬਾਇਓਟਿਕ ਤਾਂ ਕਿ ਗੁੱਡ ਬੈਕਟੀਰੀਆ ਹੁਣ ਮੈਂ ਫਾਸਟ ਤੋੜਨਾ ਮੇਰੀ ਢਿੱਡ ਦੇ ਵਿੱਚ ਗੁੱਡ ਬੈਕਟੀਰੀਆ ਬਣਨਾ ਬੈਕ ਤੇ ਨੈਕਸਟ ਸਪਲੀਮੈਂਟ ਹੈਗਾ ਆਪਣਾ ਕੋਡ ਫਿਸ਼ ਲੀਬਰ ਆਇਲ ਹੁਣ ਇਹ ਮਤਲਬ ਉਹ omega 3 ਮੰਨ ਕੇ ਚੱਲੋ ਤੁਸੀਂ omega 3 ਫੈਟੀ ਐਸਿਡ ਆ ਇਹ DHA ਹੁੰਦਾ ਇਹਦੇ ਵਿੱਚ ਹੁਣ ਇਹ ਤੁਹਾਡੇ ਮਸਲ ਪ੍ਰੋਟੀਨ ਸynth activate ਕਰਦਾ ਤੁਹਾਡੇ ਹਾਰਟ ਲਈ ਤੁਹਾਡੇ ਬ੍ਰੇਨ ਲਈ ਥੋੜੀ ਜੋਇੰਟ ਲਈ ਸਾਰੀਆਂ ਚੀਜ਼ਾਂ ਲਈ ਵਧੀਆ ਇਵਨ ਮੈਗਨੀਸ਼ੀਅਮ ਵਿਟਾਮਿਨ ਸੀ ਤੁਹਾਡੀਆਂ ਹੱਡੀਆਂ ਤੇ ਵਿਟਾਮਿਨ ਡੀ ਤੁਹਾਡੀਆਂ ਹੱਡੀਆਂ ਲਈ ਵਧੀਆ ਆਹ ਵਿਟਾਮਿਨ ਸੀ ਵਧੀਆ ਕੁਆਲਿਟੀ ਦਾ ਸਪਲੀਮੈਂਟ ਨੇ ਇਹ ਬਹੁਤ ਟੌਪ ਦੀ ਕੁਆਲਿਟੀ ਦਾ ਸਪਲੀਮੈਂਟ ਨੇ ਚੀਪ ਨਹੀਂ ਲੈਣੇ ਮੈਗਨੀਸ਼ੀਅਮ ਵਿਟਾਮਿਨ ਸੀ ਤੁਹਾਡੀਆਂ ਹੱਡੀਆਂ ਮਜਬੂਤ ਕਰ ਚ ਹੈਲਪ ਕਰਦਾ D3 ਤੋਂ ਬਿਨਾ ਤੁਹਾਡੀ ਬਾਡੀਆਂ ਦੇ ਵਿੱਚ ਜਿਹੜਾ ਤੁਹਾਡਾ ਕੈਲਸ਼ੀਅਮ ਅਬਜ਼orb ਨਹੀਂ ਹੋਣਾ ਸੋ ਥੋੜੀ ਜਿਹੀ ਮਿਲਕ ਚੋ ਫੈਟ ਆਉਣੀ ਆ ਥੋੜੀ ਜਿਹੀ ਬਦਾਮਾਂ ਚ ਆਉਣੀ ਆਪਣੀ ਬਾਡੀ ਚ ਵਧੀਆ ਅਬਜ਼orb ਚੀਜ਼ਾਂ ਹੋਣਗੀਆਂ ਸੋ ਹੁਣ ਤੁਸੀਂ ਸਾਰੀਆਂ ਇਹ ਚੀਜ਼ਾਂ ਦੇਖ ਲਈਆਂ ਤੇ ਹੁਣ ਆਪਾਂ ਇਹਨਾਂ ਦਾ ਸ਼ੇਕ ਤਿਆਰ ਕਰਦੇ ਹਾਂ ਕੁਆਂਟੀਟੀ ਤੁਹਾਨੂੰ ਪਤਾ ਹੀ ਆ ਵੀ ਜੇ ਤੁਸੀਂ ਪਾ ਰਿਓ ਜਾਂ ਤੁਸੀਂ ਪਾਤ ਲਿਆ ਕਿਦਾਂ ਯੂਜ਼ ਕਰਨੀਆਂ ਤੇ ਹੁਣ ਮੈਨੂੰ ਇਹਦਾ ਸ਼ੇਕ ਬਣਾਉਣ ਦਾ ਬਾਕੀ ਗੱਲ ਮੈਂ ਥੋੜਾ ਨਾ ਹੁਣੇ ਕਰਦਾ ਹੁਣ ਆਪਾਂ ਪਹਿਲਾਂ ਜਿਹੜੇ ਓਟਸ ਸੀਗੇ ਉਹਨਾਂ ਦਾ ਪਾਊਡਰ ਬਣਾ ਲਿਆ ਵਿੱਚ ਇਹਦੇ ਚ ਬਦਾਮ ਪ ਉਹ ਪਾਊਡਰ ਫਾਰਮ ਚ ਹੋ ਗਿਆ ਆਪਣੇ ਕੋ ਤੇ ਬਾਕੀ ਸਾਰੀਆਂ ਚੀਜ਼ਾਂ ਬਣਾਉਣਾ ਸਿਨਾਮਨ ਪਿੰਕ ਸਾਲਟ ਸਟੇਬੀਆ ਗਰਾਸ ਰੂਟ ਪ੍ਰੋਟੀਨ ਮਿਲਕ ਉਹ ਸਾਰੇ ਇਹਦੇ ਵਿੱਚ ਹੁਣ ਇਹਦੇ ਵਿੱਚ ਜਾਣੇ ਨੇ ਬਦਾਮ ਤੇ ਓਟਸ ਤੇ ਬਾਕੀ ਹੋਰ ਪਾਵਾਂਗੇ ਆਪਾਂ ਪਾਣੀ ਕਿਉਂਕਿ ਮਿਲਕ ਥੋੜਾ ਫਿਰ ਇਹ ਤਰਾ ਸ਼ੇਕ ਆ ਉਹ ਜਿਆਦਾ ਗਾੜਾ ਹੋ ਜਾਣਾ ਤੁਸੀਂ ਜੇ ਬਾਹਰੋਂ ਇਹਦੇ ਵਿੱਚ ਬਲੂਬੇਰੀ ਸਟਰਾਬਰੀ ਪਾ ਸਕਦੇ ਹੋ ਪਰ ਜਿਹੜੀ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਜਿਹੜੀ ਫਰੂਟ ਦੀ ਇਨਟੇਕ ਆ ਉਹ ਲਿਮਟ 'ਚ ਰੱਖਣੀ ਹੈ ਕਿਉਂਕਿ ਐਕਸਟਰਾ ਫਰੂਟ ਏ ਥੋੜੇ ਫੈਸਟ ਹੋ ਜਾਂਦੇ ਨੇ ਥੋੜਾ ਲੈਵਰਫੈਟੀ ਕਰਦੇ ਨੇ ਤੇ ਬਾਕੀ ਹੁਣ ਚਾਹੀਦਾ ਆਪਾਂ ਨੂੰ ਹਾਈ ਸਪੀਡ ਬਲੈਂਡਰ ਜਾਂ ਤੁਹਾਡੇ ਕੋਲ ਕੋਈ ਵੀ ਬਲੈਂਡਰ ਤੁਸੀ ਯੂਜ਼ ਕਰ ਸਕਦੇ ਹੋ ਇਹਨੇ ਆਪੇ ਖੜ ਖੜ ਕੇ ਚੱਲਣਾ ਖੜ ਖੜ ਕੇ ਚੱਲਦਾ ਐਟਮੇ ਓਕੇ ਜੀ ਸ਼ੇਕ ਆਪਣਾ ਰੈਡੀ ਆ ਸੋ ਹੁਣ ਤੁਸੀਂ ਇਹਨੂੰ ਮਸਲ ਗੇਨ ਫੈਟ ਲੌਸ ਦੇ ਵਿੱਚ ਐਡ ਕਰ ਸਕਦੇ ਹੋ ਜੀ ਜੇ ਦੇਖੋ ਤੁਸੀਂ ਬਹੁਤ ਸੌਖੀ ੀ ਮੀਲ ਆਏ ਤੁਹਾਡੀ ਜੇ ਤੁਸੀਂ ਇੰਟਰਮੀਟੇਟ ਫਾਸਟਿੰਗ ਕਰਦੇ ਹੋ ਤੁਸੀਂ ਦੋ ਸੋਲਿਡ ਮੀਲਾਂ ਖਾਣੇ ਹੋ ਇੱਕ ਲਾਈਟ ਲੈਣੇ ਹੋ ਤਾਂ ਇਹਨੂੰ ਲਾਈਟ ਮੀਲ ਦੇ ਵਿੱਚ ਯੂਜ਼ ਕਰ ਸਕਦੇ ਹੋ ਬਾਕੀ ਜਿਹੜੇ ਮੈਂ ਸਪਲੀਮੈਂਟ ਕਿਹਾ ਸੀ ਤੁਹਾਨੂੰ ਇਹ ਡਰਿੰਕ ਨਾਲ ਤੁਸੀਂ ਲੈ ਸਕਦੇ ਹੋ ਜੇ ਲੂਸਨ ਦੀ ਗੱਲ ਆ ਤਾਂ ਉਹ ਜਿਹੜੇ ਬੰਦੇ ਜਿੰਮ ਜੁਮ ਲਾਉਂਦੇ ਨੇ ਉਹ ਯੂਜ਼ ਕਰ ਸਕਦੇ ਨੇ ਤੇ ਜਿਹੜੇ ਦੂਜੇ ਸਪਲੀਮੈਂਟ ਨੇ ਇਹ ਚਾਹੇ ਤੁਸੀਂ ਜਿੰਮ ਲਾਉਂਦੇ ਹੋ ਚਾਹੇ ਨਹੀਂ ਲਾਉਂਦੇ ਹੈਵ ਟੂ ਤੁਹਾਨੂੰ ਆਪਣੀ ਡਾਈਟ ਦੇ ਵਿੱਚ ਐਡ ਕਰਨੇ ਚਾਹੀਦੇ ਨੇ ਤੁਹਾਡੀ ਹੈਲਥ ਬਹੁਤ ਜ਼ਿਆਦਾ ਇਮਪਰੂਵ ਕਰਨਗੇ ਇਹ ਦੇਖਿਆ ਤੁਸੀਂ ਆ ਸ਼ੇਕ ਨੂੰ ਤੁਸੀਂ ਮਸਲ ਗੇ ਤੇ ਥੋੜੇ ਘਰ ਦੇ ਵੀ ਇਹ ਛੇ ਕਾਲੇ ਜਿਹੜੇ ਇਨਗਰੀਡਿੰਗ ਨੇ ਲੈ ਸਕਦੇ ਨੇ ਕਿਉਂਕਿ ਉਹਨਾਂ ਦੇ ਵੀ ਜਿਹੜੀ ਹੈਲਥ ਆ ਉਹਦੇ ਵਿੱਚ ਬਹੁਤ ਜ਼ਿਆਦਾ ਇੰਪਰੂਵਮੈਂਟ ਹੋਊਗੀ ਜੇ ਜਿੰਮ ਨਹੀਂ ਵੀ ਲਾਉਂਦੇ ਜਾਂ ਥੋੜੀ-ਬਹੁਤੀ ਕੰਮ ਦੇ ਵਿੱਚ ਐਕਟੀਵਿਟੀ ਆ ਚੀਜ਼ਾਂ ਐਡ ਕਰੋ ਬੈਸਟ ਚੀਜ਼ਾਂ ਨੇ ਥੋੜੀ ਸਿਹਤ ਲਈ ਇਹ ਤੇ ਹੁਣ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਚ ਦਿਸ ਇਜ਼ ਹਰੀ ਮੇਅਰ ਵਾਈ ਗਰੂ ਮੇਅਰ ਕਰੇ ਲਵ ਯੂ ਆਲ